ਕੂਲ ਚ ਸੀ ਛੁੱਟੀ ਤਾਂ ਦੋਸਤਾਂ ਦੇ ਨਾਲ ਉਡਾਰ ਰਿਹਾ ਸੀ ਪਤੰਗ ਫਿਰ ਛੱਤ ਤੋਂ ਡਿੱਗ ਗਿਆ 6 ਸਾਲ ਦਾ ਮਾਸੂਮ ਜਵਾਨ ਤਦ ਅਧ ਦੇ ਘਰ ਦੀ ਛੱਤ ਤੇ ਪਤੰਗ ਉਡਾਰ ਰਿਹਾ ਬੱਚਾ ਕਰੀਬ 13 ਫੁੱਟ ਤੋਂ ਹੇਠਾਂ ਡਿੱਗ ਜਾਂਦਾ ਜਿਸ ਕਾਰਨ ਬੱਚੇ ਦੇ ਸਿਰ ਤੇ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਸ ਬੱਚੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤਾਂ ਦੱਸਦੇ ਕਿ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਜਿੱਥੇ ਮਨਦੀਪ ਨਾਮ ਦਾ ਇੱਕ 6 ਸਾਲ ਦਾ ਬੱਚਾ ਜਿਸ ਦੇ ਸਕੂਲ ਦੇ ਵਿੱਚ ਛੁੱਟੀ ਹੋਣ ਕਾਰਨ ਉਹ ਘਰ ਦੀ ਛੱਤ ਦੇ ਉੱਤੇ ਦੋਸਤਾਂ ਦੇ ਨਾਲ ਪਤੰਗ ਉਡਾ ਰਿਹਾ ਸੀ ਜਿਸ ਤੋਂ ਬਾਅਦ ਚਾਨਕ ਬੱਚੇ ਦਾ ਪੈਰ ਫਿਸਲ ਜਾਂਦਾ ਹੈ ਜਿਸ ਤੋਂ ਬਾਅਦ ਉਹ ਕਰੀਬ 13 ਫੁੱਟ ਉੱਪਰੋਂ ਹੇਠਾਂ ਡਿੱਗ ਜਾਂਦਾ ਹੈ ਜਦੋਂ ਬੱਚੇ ਰੋਲਾ ਪਾਉਂਦੇ ਨੇ ਤਾਂ ਪਰਿਵਾਰ ਦੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਬੱਚੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਮੌਕੇ ਤੇ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਇੰਨੀ ਉੱਪਰ ਤੋਂ ਡਿੱਗਣ ਕਾਰਨ ਬੱਚੇ ਦੇ ਸਿਰ ਦੇ ਵਿੱਚ ਗੱਠਾਂ ਬਣ ਗਈਆਂ ਨੇ ਜਿਸ ਕਾਰਨ ਖੂਨ ਜੰਮ ਗਿਆ ਤੇ ਹਾਲਤ ਗੰਭੀਰ ਵੇਖਦੇ ਹੋਏ ਉਸ ਬੱਚੇ ਨੂੰ ਫਰੀਦਕੋਟ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਇੱਕ 6 ਸਾਲ ਦਾ ਮਾਸੂਮ ਜਵਾਕ ਜੋ ਕਿ ਪਤੰਗ ਉਡਾ ਰਿਹਾ ਸੀ ਛੱਤ ਤੇ ਤਾਂ ਇਸ ਦੌਰਾਨ ਉਸ ਦਾ ਪੈਰ ਫਿਸਲ ਜਾਂਦਾ ਹੈ ਜਿਸ ਕਾਰਨ ਉਹ 13 ਫੁੱਟ ਤੋਂ نیچے ਡਿੱਗ ਜਾਂਦਾ ਹੈ ਤੇ ਉਸ ਦੇ ਸਿਰ ਤੇ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਹੁਣ ਉਸ ਬੱਚੇ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਇਹ ਬੱਚੇ ਖੇਰ ਰੈਸੀ ਉਹ ਛੱਤੇ ਤੇ ਪਤੰਗ ਉਡਾ ਰਿਹਾ ਸੀ اچانک ਇਹਦਾ ਪੈਰ ਪੂਰ ਫਿਸਲ ਗਿਆ ਜੀ ਇਹ 4 ਸਾਲ ਦਾ ਬੱਚਾ ਹੈ ਨਹੀਂ ਨਹੀਂ ਧੱਕਾ ਧੁੱਕਾ ਨਹੀਂ ਬੱਚੇ ਖੇល ਰਹੇ ਸੀ ਤੰਗ ਉਡਾ ਰਹੇ ਸੀ ਇਹ ਹੈ ਗਈ ਸੀ 10-12 ਫੁੱਟ ਦੀ ਉਚਾਈ ਇੱਕ ਛੋਟਾ ਬੱਚਾ ਆਇਆ 4 ਸਾਲ ਦਾ ਮਨਦੀਪ ਸਿੰਘ son of ਸੁਖਰਾਮ ਬੁਰਜ ਮਾਰ ਦੇ ਰਹਿਣ ਵਾਲੇ ਤੰਗ ਉਡਾ ਰਹੇ ਸੀ ਇਹ ਵੀ ਤੰਗ ਨਾਲ ਉੱਪਰ ਛੱਤੋਂ نیچے ਗਿਰਿਆ ਬੱਚਾ ਛੱਤ 13 ਫੁੱਟ ਦੀ ਕਹ ਰਹੇ ਨੇ ਸਿਟੀ ਸਕਿਅਰ ਨੇ ਇਹਨਾਂ ਨੂੰ ਐਡਵਾਈਸ ਕਰਿਆ ਸਿਟੀ ਸਕਿਅਰ ਉਸ ਤੋਂ ਬਾਅਦ ਹੀ ਦੱਸਿਆ ਜਾਏਗਾ ਕਿ ਕਿੰਦਾ ਵੀ ਬੱਚੇ ਦੀ ਹਾਲਤ ਹੈ ਸਿਰ ਤੇ ਹੀ ਚੋਟ ਲੱਗ ਰਹੀ ਹੈ ਔਰ ਤਾਂ ਕੋਈ ਦੇਖਣੀ ਨਹੀਂ ਸੀ ਸਿਰ ਤੇ ਚੋਟ ਲੱਗ ਰਹੀ ਹੈ ਬੱਚੇ ਤੇ ਸਕੂਲ 'ਚ ਸੀ ਛੁੱਟੀ ਤਾਂ ਦੋਸਤਾਂ ਦੇ ਨਾਲ ਉਡਾ ਰਿਹਾ ਸੀ ਪਤੰਗ ਫਿਰ ਛੱਤ ਤੋਂ ਡਿੱਗ ਗਿਆ 6 ਸਾਲ ਦਾ ਮਾਸੂਮ ਜਵਾਨ ਤਦਾਦੇ ਕੇ ਘਰ ਦੀ ਛੱਤ ਤੇ ਪਤੰਗ ਉਡਾ ਰਿਹਾ ਬੱਚਾ ਕਰੀਬ 13 ਫੁੱਟ ਤੋਂ ਹੇਠਾਂ ਡਿੱਗ ਜਾਂਦਾ ਜਿਸ ਕਾਰਨ ਬੱਚੇ ਦੇ ਸਿਰ ਤੇ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਸ ਬੱਚੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਦੱਸਦੇ ਕਿ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਜਿੱਥੇ ਮਨਦੀਪ ਨਾਮ ਦਾ ਇੱਕ 6 ਸਾਲ ਦਾ ਬੱਚਾ ਜਿਸ ਦੇ ਸਕੂਲ ਦੇ ਵਿੱਚ ਛੁੱਟੀ ਹੋਣ ਕਾਰਨ ਉਹ ਘਰ ਦੀ ਛੱਤ ਦੇ ਉੱਤੇ ਦੋਸਤਾਂ ਦੇ ਨਾਲ ਪਤੰਗ ਉਡਾ ਰਿਹਾ ਸੀ ਜਿਸ ਤੋਂ ਬਾਅਦ ਅਚਾਨਕ ਬੱਚੇ ਦਾ ਪੈਰ ਫਿਸਲ ਜਾਂਦਾ ਹੈ ਜਿਸ ਤੋਂ ਬਾਅਦ ਉਹ ਕਰੀਬ 13 ਫੁੱਟ ਉੱਪਰੋਂ ਹੇਠਾਂ ਡਿੱਗ ਜਾਂਦਾ ਹੈ ਜਦ ਬੱਚੇ ਰੋਲਾ ਪਾਉਂਦੇ ਨੇ ਤਾਂ ਪਰਿਵਾਰ ਦੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਬੱਚੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਮੌਕੇ ਤੇ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਇੰਨੀ ਉੱਪਰ ਤੋਂ ਡਿੱਗਣ ਕਾਰਨ ਬੱਚੇ ਦੇ ਸਿਰ ਦੇ ਵਿੱਚ ਗੱਠਾਂ ਬਣ ਗਈਆਂ ਨੇ ਜਿਸ ਕਾਰਨ ਖੂਨ ਜੰਮ ਗਿਆ ਹੈ ਤੇ ਹਾਲਤ ਗੰਭੀਰ ਵੇਖਦੇ ਹੋਏ ਉਸ ਬੱਚੇ ਨੂੰ ਫਰੀਦਕੋਟ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਇੱਕ 6 ਸਾਲ ਦਾ ਮਾਸੂਮ ਜਵਾਕ ਜੋ ਕਿ ਪਤੰਗ ਉਡਾ ਰਿਹਾ ਸੀ ਛੱਤ ਤੇ ਤਾਂ ਇਸ ਦੌਰਾਨ ਉਸ ਦਾ ਪੈਰ ਫਿਸਲ ਜਾਂਦਾ ਹੈ ਜਿਸ ਕਾਰਨ ਉਹ 13 ਫੁੱਟ ਤੋਂ نیچے ਡਿੱਗ ਜਾਂਦਾ ਹੈ ਤੇ ਉਸ ਦੇ ਸਿਰ ਤੇ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਹੁਣ ਉਸ ਬੱਚੇ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਇਹ ਬੱਚੇ ਖੇਡ ਰਹਿ ਸੀ ਉਹ ਛੱਤੇ ਤੇ ਪਤੰਗ ਉਡਾ ਰਿਹਾ ਸੀ ਇਹ اچانک ਦਾ ਪੈਰ ਪੂਰ ਫਿਸਲ ਗਿਆ ਜੀ ਇਹ 4 ਸਾਲ ਦਾ ਬੱਚਾ ਜੀ ਨਹੀਂ ਨਹੀਂ ਧੱਕਾ ਧੁੱਕਾ ਨਹੀਂ ਬੱਚੇ ਖੇល ਰਹੇ ਸੀ ਤੰਗ ਉਡਾ ਰਹੇ ਸੀ ਇਹ ਹੈਗੀ ਸੀ 10-12 ਫੁੱਟ ਦੀ ਉਚਾਈ ਇੱਕ ਛੋਟਾ ਬੱਚਾ ਆਇਆ 4 ਸਾਲ ਦਾ ਮਨਦੀਪ ਸਿੰਘ ਸਨਫ ਸੁਖਰਾਮ ਬੁੜਚ ਮਾਰਦੇ ਰਹਿਣ ਵਾਲੇ ਤੰਗ ਉਡਾ ਰਹੇ ਸੀ ਜੇ ਵੀ ਤੰਗ ਦੇ ਉੱਪਰ ਛੱਤੋਂ نیچے ਗਿਰਿਆ ਬੱਚਾ ਛੱਤ 12-13 ਫੁੱਟ ਦੀ ਕਹ ਰਹੇ ਨੇ ਸਿਟੀ ਸਕਰ ਨੇ ਇਹਨਾਂ ਨੂੰ ਐਡਵਾਈਸ ਕਰਿਆ ਸਿਟੀ ਸਕ ਦੇ ਉਸ ਤੋਂ ਬਾਅਦ ਹੀ ਦੱਸਿਆ ਜਾਏਗਾ ਕਿ ਕਿੱਦਾਂ ਦੀ ਬੱਚੇ ਦੀ ਹਾਲਤ ਹੈ ਸਿਰ ਤੇ ਹੀ ਚੋਟ ਲੱਗ ਰਹੀ ਹੈ ਔਰ ਤਾਂ ਕੋਈ ਦੇਖਣੀ ਨਹੀਂ ਸਿਰ ਤੇ ਚੋਟ ਲੱਗ ਰਹੀ ਹੈ ਬੱਚੇ ਦੀ